चुनाव प्यार वर्णन पना नमस्कार सत श्री अकाल आदाब। अज सिडनी मैं ते वरुण लॉकडाउन दे विच स्टूडियो दे विच कैद ते साडे नाल ने मुंबई तो जुड़े हुए डायरेक्टर एंड सिनेमेटोग्राफर देवी शर्मा जी। देवी जी बहुत बहुत वेलकम तुहानू साडे शो दे विच। सत श्री अकाल जी सारयां नू, थैंक यू वेरी मच तुसी मैनूं शो च लिता। वंडरफुल जी। जिवें कि असीं देख रहे सी पंजाबी फिल्मां दे विच कॉमेडी फिल्मां दा बड़ा दौर काफ़ी देर तो चलिया आ रहा है, उस दे विच तुसीं इस नवा एक्सपेरिमेंट लेके आए, फिल्म बनाई दुल्ला वैली जिहड़ी एक्शन ते डायलॉग्स ते आधारित है, वैसे की सोच के प्लान कीता? सर एक्चुअली पंजाबी सिनेमा एक तर्ज ते चलदा, जे कोई कॉमेडी फिल्म बनांदे ते सारियां फिल्मां कॉमेडी चलदियां, एक साल डेढ़ साल उदे ही चलदी रहिंदी आ। कॉमेडी फिल्मां बहुत अच्छी होंदी, बट एक ही सबजैक्ट नूं बार 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 रिपीट करना ते दर्शक बोर हो जांदे आ। तो मेरे को एक बखरा जहा एक यूनिक जहा सबजैक्ट से दुल्ला वैली, जेडे अपने पंजाबी फिल्मों के आप देखते हैं कि हूँ जो कॉमेडी आते सेम डायलॉग होंगे, कोई डायलॉग भी नहीं कह सकते, कॉमेडी एक चुटकले टाइप होंगे तो लोगों का अपने ऑडियंस का एक इंटरटेनमेंट का कोई साधन कोई वधिया नहीं कह सकते उहदे विच। बट असी उहदे की नाम दुल्ला वैली विच एक डायलॉग वाली एक पंजाब नूं दिखाती हुई, पंजाब के लोगों की हाइट परसनैलिटी डायलॉग्स उन्हों का रहन सहन दिखाने लिए एक वक्रा सबजैक्ट लिता दुल्ला वैली। तो दुल्ला वैली विच असी डायलॉग्स नूं ते अपना सिनेमाटोग्राफी नूं एक्शन नूं सारी चीज़ों पंजाब का जो होना चाहिए सी असी ये लेके आए, ताकि भी एक पंजाबी सिनेमा तो कुछ वक् होना चाहिए, क्योंकि कॉमेडी सारे बनाते, असी एक वक्रा सबजैक्ट लेके आए ताकि असी आपकी ऑडियंस नूं कुछ वक्रा दे सके। सर भाजी ने पूछा कि पंजाबी फिल्म च कॉमेडी का दौर चल रहा है, तो एक हुण एक्शन है डायलॉग्स आ, तो फिल्म ਨੂੰ ਥੀਏਟਰ ਦੇ ਵਿੱਚ ਤੁਸੀਂ ਪਹੁੰਚਾਇਆ ਅਤੇ ਫਾਈਨਾਂਸ ਵਾਈਜ਼ ਕਿੱਦਾਂ ਰਹੀ ਹੈ, ਪੈਸੇ ਪੂਰੇ ਕਰ ਪਾਈ ਹੈ? ਹਾਂਜੀ ਸਰ, ਐਕਚੁਅਲੀ ਕੀ ਹੈ ਕਿ ਪੈਸੇ ਸਾਡੇ ਪੂਰੇ ਹੋ ਗਏ ਸੀਗੇ, ਸਾਨੂੰ ਜਿੰਨੀ ਅਸੀਂ ਹੋਪ ਕੀਤੀ ਸੀਗੀ ਉਹ ਸਾਨੂੰ ਨਹੀਂ ਉਹਦਾ ਬੈਨੀਫਿਟ ਉਨਾ ਹੋਇਆ, ਲੇਕਿਨ ਸਾਡਾ ਪ੍ਰੋਡਿਊਸਰ ਨੂੰ ਕੋਈ ਲੋਸ ਨਹੀਂ ਹੋਇਆ, ਜਿੰਨਾ ਅਸੀਂ ਇਨਵੈਸਟਮੈਂਟ ਕੀਤੀ ਸੀ ਉਹ ਸਾਡੀ ਵਾਪਸ ਆ ਗਈ ਸੀਗੀ। ਅਤੇ ਬਟ ਵੀ ਆਡੀਅੰਸ ਵੀ ਆਪਣੀ ਪੰਜਾਬੀ ਕੁਛ ਵੱਖਰਾ ਦੇਖਣਾ ਚਾਹੁੰਦੀ ਸੀ, ਹੁਣ ਸਾਡੇ ਯੂਟਿਊਬ 'ਤੇ ਉਹਦੇ ਫਿਲਮ ਦੇ ਲਾਈਕਸ ਕਮੈਂਟਸ ਇੰਨੇ ਵਧੀਆ ਆਏ, ਈਵਨ ਕਿ ਆਲ ਓਵਰ ਵਰਲਡ ਪਾਕਿਸਤਾਨ 'ਚੋਂ ਕਿ ਆਪਣੇ ਇੰਡੀਆ 'ਚੋਂ ਪੰਜਾਬ 'ਚੋਂ ਬਾਹਰੋਂ ਵੀ ਲੋਕਾਂ ਨੇ ਬਹੁਤ ਪਸੰਦ ਕੀਤੀ। ਇੱਕ ਫਿਲਮ ਮੇਕਰ ਦਾ ਇਹੀ ਹੁੰਦਾ ਜੀ ਕਿ ਉਹਦੀ ਫਿਲਮ ਆਡੀਅੰਸ ਕਿਸ ਐਂਗਲ ਨਾਲ ਪਸੰਦ ਕਰਦੀ ਹੈ, ਅਤੇ ਸਾਡੀ ਫਿਲਮ ਬਹੁਤ ਵਧੀਆ ਪਸੰਦ ਕੀਤੀ ਗਈ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਇਸ ਟਾਈਪ ਦੀ ਆਡੀਅੰਸ ਵੀ ਹੈ ਜੋ ਸਿਨੇਮੇ ਨੂੰ ਸਿਨੇਮੇ ਜਿਵੇਂ ਦੇਖਣਾ ਚਾਹੁੰਦੇ ਆ, ਨਾ ਕਿ ਕੋਮੇਡੀ ਸਟੈਂਡਿੰਗ ਸ਼ੋਅ ਜਿਵੇਂ। ਸਰ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦੋ ਵੱਡੇ ਨਾਮ, ਦਮਦਾਰ ਸ਼ਖਸੀਅਤਾਂ ਦੇ ਮਾਲਕ ਹੈ ਦੋਨੋਂ, ਬੜੇ ਵੱਡੇ ਕਲਾਕਾਰ। ਫਿਲਮ ਸ਼ੂਟ ਕਰਦੇ ਹੋਇਆ ਕਦੀ ਕੋਈ ਈਗੋ ਕਲੈਸ਼ਿਜ਼ ਆਏ ਹੋਣ ਜਾਂ ਕੋਈ ਇਸ਼ੂ ਖੜਾ ਹੋਇਆ ਹੋਵੇ? ਸਰ ਵੈਸੇ ਤਾਂ ਗੁੱਗੂ ਭਾਅ ਜੀ ਬਹੁਤ ਹੀ ਨੇਕ ਦਿਲ ਇਨਸਾਨ ਨੇ ਅਤੇ ਯੋਗਰਾਜ ਭਾਅ ਜੀ ਵੀ ਬਹੁਤ ਅੱਛੇ ਨੇ। ਐਕਚੁਅਲ 'ਚ ਪ੍ਰੋਬਲਮ ਤਾਂ ਰਹਿੰਦੀ ਹੈ ਜੀ, ਜਦ ਦੋ ਸ਼ੇਰ ਆਪਸ 'ਚ ਭਿੜਦੇ ਆ ਜੀ ਅਤੇ ਉਹਨਾਂ ਵਿੱਚ ਮਤਲਬ ਇੱਦਾਂ ਦੇ ਕਲੇਸ਼ਸ ਤਾਂ ਰਹਿੰਦੇ ਆ ਜੀ, ਬਟ ਵੀ ਦੋਨੇ ਬਹੁਤ ਹੀ ਅੱਛੇ ਸੀ, ਉਹਨਾਂ ਨੇ ਸਾਨੂੰ ਦੋਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਕੀਤਾ, ਸਾਡੀ ਫਿਲਮ ਨੂੰ ਉਹਨਾਂ ਨੇ ਆਪਦੀ ਫਿਲਮ ਸਮਝੀ। ਪਹਿਲਾਂ ਜਦ ਮੈਂ ਚੰਡੀਗੜ੍ਹ ਯੋਗਰਾਜ ਜੀ ਨਾਲ ਮੇਰੀ ਮੀਟਿੰਗ ਹੋਈ ਅਤੇ ਮੈਂ ਯੋਗ ਭਾਅ ਜੀ ਨੂੰ ਦੱਸਿਆ, ਮੈਂ ਕਿਹਾ ਭਾਅ ਜੀ ਆਹ ਕੋਨਸੈਪਟ ਆ ਥੀਮ ਆ ਅਸੀਂ ਤੁਹਾਨੂੰ ਲੈਣਾ ਚਾਹੁੰਦੇ ਹਾਂ, ਬਟ ਵੀ ਅਸੀਂ ਤੁਹਾਨੂੰ ਮਿਲੇ ਨਹੀਂ, ਮਿਲ ਪਹਿਲੀ ਵਾਰ ਰਹੇ ਹਾਂ। ਲੋਕਾਂ ਦਾ ਪੁਰਾਣੇ ਜਿਹੜੇ ਸਾਡੇ ਫਿਲਮ ਮੇਕਰ ਸੀ ਉਹਨਾਂ ਦਾ ਸਾਰਿਆਂ ਦਾ ਇਹੀ ਵਿਊ ਸੀ ਵੀ ਯੋਗਰਾਜ ਅਤੇ ਗੁੱਗੂ ਭਾਅ ਜੀ ਨੂੰ ਇੱਕ ਸਾਥ ਲੈਣਾ ਤਾਂ ਬਹੁਤ ਮੁਸ਼ਕਿਲ ਕੰਮ ਹੈਗਾ, ਤੁਸੀਂ ਇਹਨੂੰ ਮੈਨੇਜ ਕਰ ਪਾਓਗੇ ਨਹੀਂ ਕਰ ਪਾਓਗੇ। ਬਟ ਜੇ ਅਸੀਂ ਮੈਂ ਯੋਗਰਾਜ ਸਰ ਨੂੰ ਸਟੋਰੀ ਰਿਵੀਲ ਕੀਤੀ ਵੀ ਆਹ ਚੀਜ਼ ਮੈਂ ਦਿਖਾਉਣਾ ਚਾਹੁੰਦਾ, ਅਤੇ ਯੋਗਰਾਜ ਜੀ ਇੰਨੇ ਐਕਸਾਈਟਡ ਹੋਏ, ਕਹਿੰਦਾ ਮੈਂ ਸ਼ਰਮਾ ਜੀ ਇਹੀ ਕੰਮ ਕਰਾਂਗਾ ਅਤੇ ਜਿਵੇਂ ਤੁਸੀਂ ਕਹੋਗੇ ਜਿੱਦਾਂ ਕਹੋਗੇ ਮੈਂ ਇੱਕ ਡਾਇਰੈਕਟ ਨੂੰ ਆਪਣੇ ਆਪ ਨੂੰ ਪੂਰੇ ਤੌਰ 'ਤੇ ਉਹਨੂੰ ਆਪਣੇ ਆਪ ਨੂੰ ਮਤਲਬ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਕਹੋਗੇ ਉੱਦਾਂ ਹੀ ਕਰੀ ਜਾਊਂਗਾ, ਅਤੇ ਬਟ ਜਿਵੇਂ ਤੁਸੀਂ ਇਹ ਕੋਨਸੈਪਟ ਮੈਨੂੰ ਸੁਣਾਇਆ ਇੱਦਾਂ ਹੀ ਸ਼ੂਟ ਕਰੀਓ। ਅਤੇ ਸਰ ਅਸੀਂ ਉਹਨੂੰ ਕੋਈ ਉੱਦਾਂ ਹੀ ਸ਼ੂਟ ਕੀਤਾ, ਸਪੈਸ਼ਲ ਉਹਨਾਂ ਨੇ ਗੈਟਅਪ ਲਈ ਮੇਕਅਪ ਡਿਜ਼ਾਈਨਰ ਬੁਲਾਇਆ ਮੁੰਬਈ ਤੋਂ, ਉਹਨਾਂ ਨੇ ਪ੍ਰੋਪਰ ਉਹਨੂੰ ਉੱਦਾਂ ਦਾ ਜਿੱਦਾਂ ਮੈਂ ਸੋਚਿਆ ਸੀ ਕੋਨਸੈਪਟ ਵਿੱਚ ਹੀ ਇਹ ਯੋਗ ਸਰ ਦਾ ਇੱਦਾਂ ਦਾ ਸਟਾਈਲ ਹੋਣਾ ਚਾਹੀਦਾ ਉਹਨੂੰ ਕੀਤਾ, ਅਤੇ ਉਹ ਆਪਦੇ ਗੈਟਅਪ ਤੋਂ ਆਪਦੇ ਡਾਇਲੋਗਸ ਤੋਂ ਆਪਦੇ ਜੋ ਉਹਨਾਂ ਨੂੰ ਚਾਹੀਦਾ ਸੀਗਾ ਕਲੋਜ਼ ਚਾਹੀਦਾ ਲੌਂਗ ਚਾਹੀਦਾ ਜਿੱਦਾਂ ਨੂੰ ਫੋਟੋਗ੍ਰਾਫੀ ਚਾਹੀਦੀ ਸੀ ਉਹ ਸਾਰੀ ਮੇਰੇ ਮਾਇੰਡ 'ਚ ਸੀ, ਮੈਂ ਕੀਤੀ। ਇਸ ਕਰਕੇ ਸਾਨੂੰ ਇੰਨੇ ਇਸ਼ੂ ਨਹੀਂ ਆਏ, ਇਸ਼ੂ ਆਏ ਬਟ ਵੀ ਥੋੜ੍ਹੇ ਆਏ। ਅਤੇ ਇਸੇ ਤਰ੍ਹਾਂ ਗੁੱਗੂ ਭਾਜੀ ਤਾਂ ਮਤਲਬ ਵੀ ਆਪਣੇ ਆਪ ਨੂੰ ਕਦੇ ਇਸ ਚੀਜ਼ 'ਤੇ ਨਹੀਂ ਲਿਆਉਂਦੇ ਵੀ ਡਾਇਰੈਕਟਰ ਤੋਂ ਬਾਹਰ ਹੁੰਦੇ ਆ, ਗੁੱਗੂ ਭਾਜੀ ਤਾਂ ਹਮੇਸ਼ਾ ਜਿਵੇਂ ਡਾਇਰੈਕਟਰ ਨੇ ਜੋ ਦੱਸਦਾ ਆਪਦੇ ਕੋਨਸੈਪਟ ਨੂੰ ਉੱਦਾਂ ਹੀ ਕਰਦੇ ਆ।
मैं सब तो पहले गुगू भाजी नूं मिले सी, मेरे प्रोड्यूसर सी मलकीत बुट्टर जी, राइटर खुशबू शर्मा जी, मलकीत बुट्टर ते उन दोनों ने फिल्म लिखी सी। मैं गुगू भाजी नूं मिले, गुगू भाजी नूं सारा कॉन्सैप्ट दस्सिया, मैं कहा गुगू भाजी इस तरह है, तो गुगू भाजी बहुत खुश होए। बस उन्होंने माइंड च सी कहिंदे मैं यार उदां मैं कर पावांगा नहीं कर पावांगा, तुसीं इहदे मेरे अपोजिट जिहड़ा करैक्टर लेना चाहुंदे ते योग जी नूं लो, उन्होंने सानूं सुजैस कीता सीगा। फिर गुगू भाजी ने आपदी बॉडी बनाई, एक्सरसाइज कीती उहदे लई, ते मतलब दोनों ने सानू बहुत कोऑपरेट किया जी। ਤੁਸੀਂ ਕਿਦਾਂ ਲੌਕਡਾਊਨ ਨੂੰ ਇਸ ਟਾਈਮ ਦੇਖ ਰਹੇ ਹੋ, ਕੀ ਕਰ ਰਹੇ ਹੋ, ਕੀ ਕੀ ਪਲਾਨ ਚੱਲ ਰਿਹਾ ਕਿ ਲੌਕਡਾਊਨ ਦੇ, ਕਿਉਂਕਿ ਤੁਹਾਡੀ ਇੱਕ ਫਿਲਮ ਲੌਕਡਾਊਨ ਦੇ ਕਰਕੇ ਬੰਦ ਹੋ ਗਈ ਜਾਂ ਕਹਿ ਸਕਦੇ ਹਾਂ ਪੋਸਟਪੋਨ ਹੋ ਗਈ, ਤੁਸੀਂ ਸ਼ੂਟਿੰਗ ਸਟਾਰਟ ਕਰ ਚੁੱਕੇ ਸੀਗੇ, ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਤੇ ਨਾਲ ਲੌਕਡਾਊਨ ਦੇ ਵਿੱਚ ਕੀ ਕਰ ਰਹੇ ਹੋ। हाँ सर, लॉकडाउन के पहला मैं सारे अपने पूरे वर्ल्ड के जिन्हें अपने पंजाबी है ज पूरे जिहड़े पंजाबी लैंग्वेज नहीं भी समझते तो रिक्वेस्ट करता कि आपके घर में रहो, सेफ रहो। मैं मेरी फैमिली वाइफ खुशबू जीशू तो मेरी बेटी प्रेरणा से सारे घर में ही सेफ हैं, असं बाहर नहीं जा रहे, लॉक लगा रखे घर के जिद्दे से सानू सरकार ने हिदायत दी है। तो मैं रिक्वेस्ट करता सारियां नूं क्योंकि ये महामारी है जी, इस तो बच के रहो, आपके घर में रहो। तो सैकेंड एक मैं मूवी स्टार्ट की हुई थी जट्टी 15 मुरब्बे वाली, इहदा सबजैक्ट भी एक बहुत वधिया वूमेन ओरिएंटल मूवी है जी, क्योंकि पंजाबी सिनेमे विच खास करके मर्द प्रधान ही फिल्म आती हैं, तो हिंदी सिनेमे च देखो एक वक्खरियां किस्म दी मूवी आती है, हर सबजैक्ट एक अलग हुंदा फीमेल नूं अगे वधांदी है। तो इसी तरह जिहड़ी जट्टी 15 मुरब्बे वाली कहानी बहुत वधिया जी, तो उहदे विच भी एक वक्खरा सी कुछ दिखावांगे अपनी ऑडियंस नूं। तो वो सर जी प्रोड्यूस कर रहे हैं कैनेडा तो गुरदीप अनैज जी, तो मेन लीड कर रही है गुगनी गिल, तो उन्होंने अपोजिट आर्या बब्बर, लखविंदर, तो होर साढ़े जो हाँ कॉमेडी एक्टर काफ़ी ने जिन्हें गुरते चित्रकार मलकीत रोनी, तो गुरप्रीत भंगू मैडम, मलकी अपना सीमा कौशिक जी, सतवंत कौर, निर्म ऋषि मैडम, गुरविंदर मकना, इधर ही कास्ट है पंजाब की बहुत वधिया सपोर्टिंग कास्ट। उन्होंने लिखी सर स्टार्ट की सी, साढ़ा 5 डे का शूट होया सी, साढ़े को परमिशन उन्नी तक सी, फिर असी उन्हें पोस्टपोन करती, जो पंजाब के हालात सही होंगे तो फिर उन्होंने असी दोबारा तो शूट शुरू करेंगे जी। मैं एक गल कहना चाहूँगा, क्या भी देर आए दुरुस्त आए, अज नहीं तो कल, मैं लगता तुसी शायद उस फिल्म के उत्ते होर थोड़ी जी इंप्रूवमेंट करके बहुत होर वधिया लेके आओ। एक क्वेश्चन मैं तो वरुण आपस डिस्कस कर रहे थे, नंबर ऑफ पंजाबी फिल्म जिन्नियां बन रही हैं उहदे विचों मैं लगता 10 या 20% ही होणगियां भी जिहड़ी रिकवरी कर पाउंदियां होणगियां या प्रॉफिट जांदियां होणगियां, तो बाकी सारे फिल्मां लॉसिस दे विच जांदियां। एज ए डायरैक्टर एंड सिनेमाटोग्राफर, तुहाडा नवें प्रोड्यूसर्स नूं कोई सुनिया? हाँ सर, ये तुसी बहुत ही अच्छा क्वेश्चन है तुहाडा, मैं भी चाहता सी वी क्वेश्चन जरूर होना चाहिए। सर एक्चुअल जी की है कि पंजाबी सिनेमा एक लिमिटेड जिहियां फिल्मां आउंदियां जी, उहदे विच आपां सबजैक्ट भी लिमिटेड जी रखते हैं, सेम सब कुछ सेम हुंदा जी, उहदे विच कोई वक्खरा नहीं करते। इसी करके फिल्मां मैक्सीमम जी जे 100 फिल्मां तुसी रिलीज़ करते हो उन्हां विच 90 फिल्मां लॉस च जा रही जी, बट भी अपने डायरेक्टर लगा लो या कोई भी लगा लो, चाहे मैं ही लगा लो जी, वो असं चाहते हैं भी प्रोड्यूसर साढ़े को आ जाए, एक बार आ जाए, फिल्म बन जाए, फिल्म प्रॉफिट करे ना करे वह कोई नहीं। हालांकि सारे लोग कहते हैं कि फिल्मों के प्रोड्यूसर बचाओ, पर मैक्सीमम ये देखा जाता जी प्रोड्यूसर जब ऑन फ्लोर आ जाता जी, उन्होंने पहले तो बहुत व्डे व्डे सब्ज बाग दिखाए जाते, फलानी फिल्म ने इन्ना करोड़ कमाया, फलानी ने इन्ना, हालांकि इदां दा कुछ नहीं सर। 100 फिल्मां बनियां, 90 फिल्मां ने लॉस दिता प्रोड्यूसर, 10 फिल्मां जिहड़ियां हैगियां उन्हां विचों 5 ने बिजनेस दिता, 5 ने अपना सिर्फ रिकवरी दिती है जी। मैं तो नवें प्रोड्यूसर नूं कहना चाहना भी मिनीमम बजट च फिल्म करो, एक लिमिटेड डे होनी चाहिए भी कंप्लीट इन्ना साढ़े सब्जेक्ट नूं, पहले एक स्टोरी बहुत वधिया होनी चाहिए है, स्टोरी च कल डायरैक्टर तो या राइटर तो सुन के ना डिसीजन लो, कुछ अपने यार वेली दोस्त जिहड़े इस लाइन नूं ये ज्वाइन किया उन्होंने दसो भी आह सबजैक्ट असं कर सकते कि नहीं करिए, जे ऑडियंस पॉइंट ऑफ व्यू नाल एक वक्रा सबजैक्ट लेके आओ। तो उस तो बाद एक बजट बिल्कुल लिमिटेड बजट होना चाहिए, क्योंकि एक पंजाबी फिल्म का कोई बहुत व्डा दायरा नहीं, क्योंकि हिंदी फिल्म का बहुत व्डा दायरा होंगे, उन्होंने रिलीज़ बड़े बहुत व्डे पद्धर से होंगी है, तो आपकी रिकवरी करती है। पंजाबी एक रीजनल लैंग्वेज की मूवी है सर, उस रिकवरी करना बहुत टफ है अजकल दे। मैं प्रोड्यूसर रिक्वेस्ट कराँगा आना चाहते हो, पंजाबी लाइन बहुत वधिया, बट वो एक एक चीज़ पर तुम वर्क करके फिर तुम स्टोरी के उत्ते काम करके फिर तुम ऑन फ्लोर आओ, फिर सैट पर आओ, बहुत मिनीमम बजट, मिनीमम डेज तो मिनीमम खर्चे नाल, क्योंकि पंजाबी फिल्म बहुत कुछ उल्टा दिखाया जाता, हालांकि उस सिनेमे में सर कुछ भी नहीं, क्योंकि मैं 4 साल तो ये चीज़ देख रहा जी।
ਤੁਹਾਡੀ ਇਨਸਪੀਰੇਸ਼ਨ ਕੌਣ ਹੈ? ਬਿਕੋਜ਼ ਤੁਸੀਂ ਸ਼ੁਰੂ ਤੋਂ ਜਦ ਸਟਾਰਟ ਹੋਏ ਤੁਹਾਡੇ ਪੇਰੈਂਟਸ ਨੇ ਸਪੋਰਟ ਕੀਤਾ ਜਾਂ ਫੈਮਿਲੀ ਨੇ ਸਪੋਰਟ ਕੀਤਾ ਜਾਂ ਹੁਣ ਵੀ ਕੀ ਫੈਮਿਲੀ ਕਹਿੰਦੀ ਹੈ? ਕਿਉਂਕਿ ਇਹ ਲਾਈਨ ਕਾਫੀ ਔਖੀ ਆ ਤੇ ਤੁਸੀਂ ਫੁੱਲ ਟਾਈਮ ਇਸ ਲਾਈਨ ਦੇ ਵਿੱਚੋਂ ਜਾਂ ਨਾਲ ਕੋਈ ਹੋਰ ਵੀ ਬਿਜ਼ਨਸ ਨਾਲ ਨਾਲ ਚੱਲ ਰਿਹਾ? ਮੈਨੂੰ ਬਚਪਨ ਤੋਂ ਯਾਰ ਮੇਰੇ ਘਰ ਦੇ ਜੇ ਪੋਕਟ ਮਨੀ ਦੇ ਦਿੰਦੇ ਸੀ ਫਾਦਰ ਸਾਹਿਬ ਤੇ ਮੈਂ ਸਿਨੇਮੇ ਜਾ ਕੇ ਫਿਲਮ ਦੇਖ ਲੈਂਦਾ ਖਰਚ ਲੈਂਦਾ ਹੋਰ ਮੈਂ ਕਿਤੇ ਨਹੀਂ ਖਰਚ ਕਰਦਾ ਸੀ। ਮੈਂ ਸੋਚਦਾ ਫਿਲਮਾਂ ਕਿਵੇਂ ਬਣਦੀਆਂ ਇਹ ਤੱਕ ਮੈਂ ਕਿਵੇਂ ਪਹੁੰਚਾ। ਮੈਨੂੰ ਸਰ ਇਸ ਲਾਈਫ ਦੇ ਆਪਣੀ ਲਾਈਫ ਦੇ 20 ਸਾਲ ਨੀਅਰ ਅਬਾਊਟ ਮੈਂ ਫਿਲਮ ਲਾਈਨ 'ਚ ਸਮਝੋ ਸਿੱਖਿਆ ਜੀ। ਹਾਲੇ ਵੀ ਮੈਂ ਸਿੱਖ ਰਿਹਾ ਕੋਈ ਮੈਨੂੰ ਕੋਈ ਸਿਖਾਉਣ ਵਾਲੇ ਗੁਰੂ ਮਿਲਣ ਉਸਤਾਦ ਮਿਲਣ ਅਤੇ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ। ਸਰ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੇਰੀ ਮਦਰ ਨੇ ਮੇਰੀ ਪੂਰੀ ਔਰ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਯਾਰਾਂ ਦੋਸਤਾਂ ਨੇ ਸਪੋਰਟ ਕੀਤੀ ਮੈਂ ਸਭ ਦਾ ਧੰਨਵਾਦ ਕਰਦਾ। ਅਤੇ ਮੈਂ ਐਕਚੁਅਲੀ ਸ਼ੁਰੂ ਤੋਂ ਹਾਲੀਵੁੱਡ ਮੂਵੀਜ਼ ਦੇਖਦਾ ਸੀ ਉਹਨਾਂ ਦੀ ਟੈਕਨੀਕ ਦੇਖਦਾ ਸੀ ਮੈਨੂੰ ਬਹੁਤ ਜ਼ਿਆਦਾ ਮੈਂ ਕ੍ਰੇਜ਼ੀ ਹੁੰਦਾ ਸੀ ਯਾਰ ਮੈਂ ਕਿਵੇਂ ਬਣਾਵਾਂ। ਹੌਲੀ ਹੌਲੀ ਸਰ ਇੱਦਾਂ ਮੈਂ ਆਪਣੇ ਲਿੰਕ ਲਿੱਤੇ ਮੈਂ ਬੰਬੇ ਗਿਆ ਦਿੱਲੀ ਗਿਆ ਉੱਥੇ ਐਜ ਏ ਅਸਿਸਟੈਂਟ ਮੈਂ ਕਾਫੀ ਟਾਈਮ ਤੱਕ ਵਰਕ ਕੀਤਾ ਸਿਨੇਮਾਟੋਗ੍ਰਾਫੀ ਅਤੇ ਡਾਇਰੈਕਸ਼ਨ 'ਤੇ ਅਤੇ ਮੈਂ ਕਾਫੀ ਪੰਜਾਬੀ ਫਿਲਮਾਂ ਨੂੰ ਐਜ ਏ ਚੀਫ ਐਸੋਸੀਏਟ ਅਸਿਸਟੈਂਟ ਡਾਇਰੈਕਟਰ ਤੌਰ 'ਤੇ ਕੰਮ ਕੀਤਾ। ਫਿਰ ਮੈਂ ਫਿਲਮ ਨੂੰ ਪੂਰਾ ਸਿਨੇਮਾ ਨੂੰ ਸਮਝ ਕੇ ਫਿਰ ਇਹ ਫਿਲਮ ਡਾਇਰੈਕਟਰ ਅਤੇ ਸਿਨੇਮਾਟੋਗ੍ਰਾਫੀ ਦੇ ਤੌਰ 'ਤੇ ਕੀਤੀ ਜੀ। ਜਦ ਤੁਸੀਂ ਕਾਫੀ ਫਿਲਮਾਂ ਕਹੀਆਂ ਤਾਂ ਦੋ ਚਾਰ ਨਾਮ ਵੀ ਜਾਣ ਸਕਾਂਗੇ? ਸਰ ਮੈਂ ਇੱਕ ਆਜ਼ਾਦੀ ਦਾ ਫਰੀਡਮ ਕੀਤੀ ਇਸ ਤੋਂ ਪਹਿਲਾਂ, ਇੱਕ ਰਾਜਸਥਾਨੀ ਫਿਲਮ ਕੀਤੀ ਸੀ ਦਾਸੂ ਥਾਣੇਦਾਰ, ਇੱਕ ਪੰਜਾਬੀ ਫਿਲਮ 'ਚ ਚੜ੍ਹਦਾ ਸੂਰਜ ਕੀਤੀ ਸੀ, ਇੱਕ ਉਹਦਾ ਕਿ ਲਾਲ ਜ਼ਮੀਨ ਕੀਤੀ, ਇੱਕ ਕੰਟਰੋਲ ਭਾਜੀ ਕੰਟਰੋਲ ਕੀਤੀ, ਹੋਰ ਕਾਫੀ ਸਾਰੀ ਮੂਵੀਜ਼ ਮੈਂ ਅਸਿਸਟੈਂਟ ਐਸੋਸੀਏਟ ਸਾਰਾ ਕੁਝ ਕੀਤੀਆਂ ਜੀ ਉਹਨਾਂ ਵਿੱਚ। ਦੈਟਸ ਵੈਰੀ ਗੁੱਡ। ਤਿਵਾੜੀ ਸਾਹਿਬ, ਅੱਜ ਦੇਵੀ ਸ਼ਰਮਾ ਜੀ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ। ਸ਼ਰਮਾ ਜੀ, ਜਾਣ ਤੋਂ ਪਹਿਲਾਂ ਪੰਜਾਬੀ ਆਡੀਅੰਸ ਵਾਸਤੇ ਤੁਹਾਡਾ ਕੋਈ ਸੁਨੇਹਾ? ਹਾਂਜੀ ਸਰ, ਆਡੀਅੰਸ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਰਿਕੁਐਸਟ ਹੈ ਕਿ ਤੁਸੀਂ ਵੀ ਸਾਡਾ ਸਹਿਯੋਗ ਕਰੋ। ਸਾਡੇ ਜਿਹੜੇ ਨਵੀਆਂ ਫਿਲਮ ਮੇਕਰ ਆਉਂਦੇ ਨੇ ਉਹ ਨਵੇਂ ਅਤੇ ਵੱਖਰੇ ਸਬਜੈਕਟ ਲੈ ਗਏ ਨੇ, ਤੁਸੀਂ ਉਹਨਾਂ ਨੂੰ ਵੀ ਦੇਖੋ। ਜ਼ਰੂਰੀ ਨਹੀਂ ਕਿ ਆਪਾਂ ਸਾਰੀ ਫਿਲਮਾਂ ਵਿੱਚ ਕੋਮੇਡੀ ਹੀ ਹੋਵੇ, ਹੋਰ ਬਹੁਤ ਸਾਰੇ ਸਬਜੈਕਟ ਹੁੰਦੇ ਆ ਜਿਹੜੇ ਆਪਣੇ ਸਮਾਜ ਨੂੰ ਬਹੁਤ ਵਧੀਆ ਮੈਸੇਜ ਦਿੰਦੇ ਨੇ। ਅਤੇ ਮੈਂ ਰਿਕੁਐਸਟ ਕਰਦਾ ਕਿ ਅੱਛੇ ਸਬਜੈਕਟਾਂ ਨੂੰ ਵੀ ਤੁਸੀਂ ਦੇਖੋ ਤਾਂ ਕਿ ਹੋਰ ਫਿਲਮ ਮੇਕਰ ਆਪਣੇ ਹੌਸਲੇ ਅੱਗੇ, ਮਤਲਬ ਤੁਹਾਡੇ ਸਾਹਮਣੇ ਇੱਕ ਵੱਖਰਾ ਸਬਜੈਕਟ ਲੈ ਕੇ ਆਉਣ, ਉਹਨਾਂ 'ਚ ਹੌਸਲਾ ਪੈਦਾ ਹੋਵੇ। ਅਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਵਧੀਆ ਸਿਨੇਮਾ ਨੂੰ ਦੇਖੋ ਤਾਂ ਕਿ ਵੀ ਹਰੇਕ ਕੋਈ ਵਧੀਆ ਫਿਲਮ ਲੈ ਕੇ ਆਵੇ, ਕਿਉਂਕਿ ਯੂਥ ਨੂੰ, ਪੰਜਾਬ ਨੂੰ, ਪੂਰੀ ਦੁਨੀਆ ਨੂੰ ਇੱਕ ਅੱਛੀ ਚੀਜ਼ ਦੀ ਲੋੜ ਹੈ। ਅਤੇ ਸਿਨੇਮਾ ਹੀ ਇੱਕ ਇਹੋ ਜਿਹਾ ਮਾਧਿਅਮ ਹੈਗਾ ਜਿਹਦੇ ਥਰੂ ਆਪਾਂ ਅੱਛਾ ਕੁਛ ਆਪਣੇ ਐਕਸੈਪਟ ਕਰ ਸਕਦੇ ਹਾਂ, ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਦੇ ਸਕਦੇ ਹਾਂ ਜੀ। ਥੈਂਕ ਯੂ ਸੋ ਮਚ। ਅੱਜ ਅਸੀਂ ਦੇਵੀ ਸ਼ਰਮਾ, ਮੈਂ ਅਤੇ ਵਰੁਣ ਤਿਵਾਰੀ ਨੇ ਮਿਲ ਕੇ ਉਹਨਾਂ ਨਾਲ ਕੀਤੀ ਬਾਤਚੀਤ। ਮੈਂ ਤੁਹਾਡਾ ਨਫਰੀ ਦੇਵੀ ਜੀ, ਇੱਕ ਵਾਰ ਫਿਰ ਤੋਂ ਥੈਂਕ ਯੂ ਸੋ ਮਚ। ਹਾਂਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਥੈਂਕ ਯੂ ਵੈਰੀ ਮਚ ਸਰ। One stop answer to your Australian education and visa matters. GEMCO Sydney. Dream big, achieve big. Fiji Times. Be with the times.